ਬਾਈਕ ਸਰਵਿਸ ਕਰਾਉਂਦੇ ਮੁੰਡੇ ਨੂੰ ਚੁੱਕ ਕੇ ਲੈ ਗਏ ਬਦਮਾਸ਼। ਲੋਹੇ ਦੀਆਂ ਰਾੜਾਂ ਨਾਲ ਕੁੱਟ ਕੁੱਟ ਕੀਤਾ ਬੁਰਾ ਹਾਲ। ਬੇਹੋਸ਼ੀ ਦੀ ਹਾਲਤ ਵਿੱਚ ਫਿਰ ਸੁੱਟ ਕੇ ਹੋ ਗਏ ਫਰਾਰ। ਤਾਂ ਇੱਕ ਨੌਜਵਾਨ ਜੋ ਕਿ ਬਾਜ਼ਾਰ ਦੇ ਵਿੱਚ ਆਪਣੀ ਬਾਈਕ ਦੀ ਸਰਵਿਸ ਕਰਵਾ ਰਿਹਾ ਸੀ, ਉਸ ਨੂੰ 10 ਤੋਂ 12 ਬਦਮਾਸ਼ ਆਉਂਦੇ ਨੇ ਤੇ ਅਗਵਾ ਕਰਕੇ ਲੈ ਜਾਂਦੇ ਨੇ, ਜਿਸ ਤੋਂ ਬਾਅਦ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਫਿਰ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਧਿਰ ਦੇ ਵੱਲੋਂ ਦੂਸਰੇ ਧਿਰ ਦੇ ਮੁੰਡੇ ਨੂੰ ਅਗਵਾ ਕੀਤਾ ਗਿਆ। ਇਸ ਸੰਬੰਧੀ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਸਦਾ ਪਹਿਲਾਂ ਇਹਨਾਂ ਦੇ ਨਾਲ ਰੋਲਾ ਚੱਲ ਰਿਹਾ ਸੀ, ਤਾਂ ਉਸਦੀ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਹਮਲਾ ਕਰਕੇ ਕੁੱਟਮਾਰ ਹੋਈ ਸੀ ਤੇ ਹੁਣ ਵੀ ਇਹਨਾਂ ਦੇ ਵੱਲੋਂ ਅਗਵਾ ਕੀਤਾ ਗਿਆ, ਜਿਸ ਤੋਂ ਬਾਅਦ ਲੋਹੇ ਦੀ ਰਾੜ ਦੇ ਨਾਲ ਇਸ ਤੇ ਹਮਲਾ ਕੀਤਾ ਗਿਆ ਤੇ ਫਿਰ ਜਦੋਂ ਬੇਹੋਸ਼ ਹੋ ਜਾਂਦਾ ਹੈ ਤੇ ਇਸ ਨੂੰ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹਨਾਂ ਦੇ ਵੱਲੋਂ ਹੁਣ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਤਾਂ ਪੁਲਿਸ ਦੇ ਵੱਲੋਂ ਵੀ ਹੁਣ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੇ 13 ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ, ਮੈਂ ਮੋਟਰਸਾਈਕਲ ਦਾ ਕੰਮ ਕਰਾ ਲਿਆ ਇਹਨਾਂ ਨੂੰ ਸ਼ੋਪਿੰਗ ਸੈਂਟਰ 'ਚ। ਉੱਥੇ ਕਿਸੇ ਬੰਦੇ ਨੇ ਫੋਨ ਲਾਤਾ ਇਹਨਾਂ ਨੂੰ ਤੇ ਬਾਬਾ ਜਣੇ ਆ ਗਏ ਤੇ ਉੱਥੋਂ ਮੈਨੂੰ ਚੱਕ ਕੇ ਲੈ ਗਏ, ਜਹਾਜ਼ ਗਰਾਊਂਡ ਲੈ ਗਏ ਉੱਥੋਂ ਮੈਨੂੰ ਚੱਕ ਕੇ। ਹਾਂਜੀ, ਉਦੋਂ ਬਾਅਦ ਉੱਥੇ ਲਿਆ ਕੇ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਉਦੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਬੇਹੋਸ਼ ਹੋ ਗਿਆ। ਤੁਹਾਨੂੰ ਚੱਕ ਕੇ ਕਿੱਥੋਂ ਲੈ ਕੇ ਗਏ? ਮੈਨੂੰ ਨਹਿਰੂ ਸ਼ੋਪਿੰਗ ਸੈਂਟਰ ਤੋਂ। ਕੀ ਕੋਈ ਪੁਰਾਣੀ ਰੰਜਿਸ਼ ਹੈ ਕੋਈ ਹੈ, ਕੀ ਗੱਲਬਾਤ ਹੈ ਤੁਹਾਡੀ? ਹਾਂਜੀ, ਇਹਨਾਂ ਦੀ ਪੁਰਾਣੀ ਚੱਲਦੀ ਹੁੰਦੀ ਹੈ, ਕਦੇ ਮੇਰੇ ਭਰਾ ਦੇ ਮਾਰਦੇ ਆ, ਕਦੇ ਮੇਰੇ ਮਾਰ ਦਿੰਦੇ ਆ, ਦੋ ਤਿੰਨ ਚਾਂਸ ਜੀ ਹੋ ਗਏ ਆ। ਕਿਹੜੇ ਵਿਅਕਤੀ ਕੋਈ ਇਹਨਾਂ ਦੀ ਪਹਿਚਾਣ ਹੈਗੀ ਤੁਹਾਨੂੰ? ਹਾਂਜੀ, ਬੱਗਾ, ਇੰਦਰ, ਕਾਲੂ ਜੀ, ਡੋਗਾ ਜੀ, ਬਾਕੀ ਅਣਪਛਾਤੇ ਹੈ ਜੀ। ਇਹਨਾਂ ਨੇ ਜੇਲ੍ਹ 'ਚ ਫੋਨ ਲਾਇਆ ਸੀ ਮੁੰਡਿਆਂ ਨੂੰ, ਬੋਲੇ ਅਤੇ ਬੂੰਦੀ ਨੂੰ, ਅਤੇ ਉਹਨੂੰ ਕਹਿੰਦੇ ਅਸੀਂ ਚੱਕ ਲਿਆ ਦਾ ਇਹਨੂੰ, ਅਤੇ ਬਾਕੀ ਮੈਨੂੰ ਸੁਰਤੀ ਨਹੀਂ, ਉਹਨੂੰ ਕਹੀ ਜਾਂਦੇ ਆਵੇ ਅਸੀਂ ਕੁੱਟੀ ਜਾਂਦੇ ਇਹਨੂੰ, ਉਹਨਾਂ ਦੇ ਸਾਹਮਣੇ ਕੁੱਟਿਆ ਮੈਨੂੰ। ਚੱਕ ਲੈ ਕੇ ਦੇਖਿਆ ਤਾਂ ਰੋਕਿਆ ਗਿਆ? ਹਾਂਜੀ, ਚੱਕ ਲੈ ਕੇ ਦੇਖਿਆ ਤਾਂ ਚੱਕ ਲਿਆ ਮੈਨੂੰ, ਚੱਕ ਕੇ ਲਿਜਾਂਦੇ ਨੂੰ ਵੀ ਉਹਨਾਂ ਨੇ ਆਪਣੇ ਸਰਦਾਰ ਜਿਹੜੇ ਜੀ ਆਪਣੇ ਇੰਟੈਲੀਜੈਂਸੀ ਵਾਲੇ ਆ, ਮੈਂ ਉਹਨਾਂ ਨੂੰ ਆਵਾਜ਼ ਵੀ ਮਾਰੀ, ਮੈਨੂੰ ਚੱਕ ਕੇ ਲਈ ਜਾਂਦੇ, ਉਹ ਤੋਂ ਬੱਗਾ ਉਹਨਾਂ ਨੂੰ ਕਹਿੰਦਾ ਮੈਂ ਲੈ ਕੇ ਚੱਲਿਆ ਇਹਨੂੰ ਚੱਕ ਕੇ, ਅਤੇ ਫਿਰ ਉਹ ਚਲੇ ਗਏ। ਰਾੜਾ ਰੂੜਾ ਦੇ ਦੱਸਦੇ ਸੀ, ਬੈਲਟਾਂ ਬੁਲਟਾਂ ਮਾਰ ਗਏ। ਪਤਾ ਨਹੀਂ ਉਦੋਂ ਬਾਅਦ ਮੈਨੂੰ ਸੁਰਤ ਨਹੀਂ, ਮੈਂ ਬੇਹੋਸ਼ ਹੋ ਗਿਆ ਜੀ। ਤੁਹਾਨੂੰ ਫਿਰ ਇੱਥੇ ਹੋਸਪਿਟਲ ਕੌਣ ਲੈ ਕੇ ਆਇਆ? ਮੈਨੂੰ ਉਹੀ ਤਾਂ ਮੈਨੂੰ ਪਤਾ ਨਹੀਂ ਕੌਣ ਲੈ ਗਿਆ ਜੀ। ਥਾਣਾ ਸਿਟੀ 1 ਫਰੀਦਕੋਟ ਦਾ ਮੈਟਰ ਹੈਗਾ ਜੀ। ਇੱਥੇ ਦੋ ਬ੍ਰਦਰ ਸੀਗੇ, ਸੁਰਜੀਤ ਸਿੰਘ ਅਤੇ ਸੁਖਵੀਰ ਸਿੰਘ। ਇਹ ਜਿਹੜੇ ਹੈਗੇ ਆ ਆਪਣੇ ਮੋਟਰਸਾਈਕਲ ਸਰਵਿਸ ਕਰਾਉਣ ਆਏ ਸੀ ਨਹਿਰੂ ਸ਼ੋਪਿੰਗ ਸੈਂਟਰ ਦੇ ਨਜ਼ਦੀਕ ਜੀ। ਤਾਂ ਉੱਥੋਂ ਜਿਹੜੇ ਆ ਕੁਝ ਵਿਅਕਤੀ ਆਏ ਜਿਨ੍ਹਾਂ ਦਾ ਨਾਂ ਹੈਗਾ ਬੱਗਾ ਸਿੰਘ ਉਰਫ ਘੁੱਗਾ, ਵਰਿੰਦਰ ਸਿੰਘ ਉਰਫ ਬਿੱਟੂ, ਅਤੇ ਇਹਨਾਂ ਦੇ ਨਾਲ ਹੋਰ ਵੀ ਕਈ ਜਣੇ ਸੀਗੇ, ਕਾਲੂ, ਸਤਨਾਮ, ਲੰਡਾ, ਪ੍ਰਗਟ ਉਰਫ ਲਵਲੀ, ਅਤੇ ਇਹਨਾਂ ਦੇ ਨਾਲ ਕਾਫੀ ਜਣੇ ਸੀਗੇ ਜਿਨ੍ਹਾਂ ਨੇ ਇਹਨੂੰ ਚੱਕ ਕੇ ਲੈ ਕੇ ਲਿਜਾ ਕੇ ਆ ਜਹਾਜ਼ ਗਰਾਊਂਡ ਇੱਥੇ ਜੀ, ਉੱਥੇ ਲਿਜਾ ਕੇ ਇਹਨੇ ਜਿਹੜੀ ਮਾਰਕੁੱਟ ਕੀਤੀ। ਅਤੇ ਇਹ 'ਚ ਪੇਰੈਂਟਸ ਨੂੰ ਵੀ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਪੈਰਵੀ ਕਰਕੇ ਪੁਲਿਸ ਪਾਰਟੀ ਹੋ ਗਈਆਂ, ਫਿਰ ਇਹਨਾਂ ਜਿਹੜੇ ਆ ਇਹਦੇ ਕਾਫੀ ਸੱਟਾਂ ਲੱਗੀਆਂ, ਫਿਰ ਇਹਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਾਇਆ, ਅਤੇ ਇਹਨਾਂ ਦੇ ਜਿਹੜੇ ਬਰ ਬਿਆਨ ਇਹਦੀ ਮਦਰ ਦੇ ਬਿਆਨ 'ਤੇ ਜਿਹੜਾ ਉਹ ਕੇਸ ਰਜਿਸਟਰ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜੀ? ਇਹ ਜੀ ਪਾਰਟੀ ਦੇ ਆਲਰੇਡੀ ਪਹਿਲਾਂ ਵੀ ਇਹਨਾਂ 'ਤੇ ਕਾਫੀ ਪਰਚ ਹੈਗੇ ਆ, ਅਤੇ ਇਹਨਾਂ ਦੀ ਆਪਸ ਰੰਜਿਸ਼ ਹੈਗੀ ਜੀ। ਕੁੱਲ ਕਿੰਨੇ ਲੋਕਾਂ ਦੇ ਖਿਲਾਫ ਹੋਣ ਜਿਹੜਾ ਮਾਮਲਾ? ਇਹ ਜੀ ਕਾਫੀ 12-13 ਜਣਿਆਂ ਦੇ ਪਰਚਾ ਹੋ ਗਏ ਜੀ, 3-4 ਅਣਪਛਾਤੇ ਬੰਦੇ ਵੀ ਹੈਗੇ ਜੀ। ਫਰਦਰ ਇਹ ਕਾਰਵਾਈ ਕਰਕੇ ਜੀ ਸਖ਼ਤ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਪੂਰਾ ਸਖ਼ਤੀ ਨਾਲ ਜਿਹੜਾ ਇਹਨੂੰ ਨਜਿੱਠਿਆ ਜਾਊਗਾ, ਜਲਦੀ ਅਰੈਸਟਾਂ ਕਰ ਕੀਤੀਆਂ ਜਾਣਗੀਆਂ ਜੀ। ਗ੍ਰਿਫਤਾਰੀ ਹੋਈ ਹੁਣ ਤੱਕ? ਅਜੇ ਤੱਕ ਨਹੀਂ ਹੋਈ ਜੀ, ਪਰ ਜਲਦੀ ਗ੍ਰਿਫਤਾਰ ਕਰ ਲਾਂਗੇ ਜੀ।